उत्तर भारत में लगातार हो रही बेमौसमी बरसात किसानों के चेहरे मुरझा दिए हैं। अगर नाभा की बात की जाए तो तेज बारिश के साथ साथ बर्फ के ओले पड़ने से किसानों की चिंता और बढ़ गई है, क्योंकि उनकी गेहूं की फसल के अलावा आलू की फसल को भी भारी नुकसान पड़ रहा है। नाभा ब्लॉक के गाँव चठे, सुकोहा, लद्दा, हेड़ी, साधो हेड़ी के अलावा दर्जनों गाँव में गेहूं की फसल धरती पर गिरी पड़ी है। इस मौके पर किसान गुरदीप सिंह ने कहा कि हमारे गाँव के साथ लगते दर्जनों गाँव में बर्फ के ओले पड़ने से हमारी फसल खराब हो गई है और हमारी फसल जमीन पर गिरी पड़ी है और इसके साथ आलू की फसल भी खराब हो चुकी है, मगर सरकार के द्वारा अब तक गांव की फसल की गिरदवारी नहीं करवाई गई, तभी तो किसान खुद खुशियों के राह पड़ रहा है। हम तो मुआवजे की मांग कर रहे हैं कि सरकार हमें मुआवजा दे। मेरा पिंड चठ्ठा जी, गड़े भाई जी, बहुत नुकसान हो रहा, लगातार हफ्ते तो मीह पैंदा आ रहा, फसलां जिहड़ा होया होई है नुकसान नाल, जिहड़े गरीब घर ने भाई छत्तां चोरियां ने उन्हां दा इन्ना क बुरा हाल होया पैना, साढ़े पिंड जाके देखो, आले दुआले पिंडां 'च आपां देख रहे हां छत्तां चोरियां ने वीरे, ते उह घर यानी कि घर उन्हां दे ना पेटियां पुट्टियां बैड सारे बाहर निकल मजबूर पए, लोकां दे घरां 'च रहि रहे ने लोक। ਗੜਿਆਂ ਦੇ ਨਾਲ ਕੀ ਨੁਕਸਾਨ ਹੋਊਗਾ ਜਿਵੇਂ ਗੜੇ ਪੈ ਨੇ ਅੱਜ? ਬਾਈ ਅੱਜ ਦੇਖ ਲਓ ਫਸਲਾਂ ਵਿਛੀਆਂ ਪਈਆਂ ਨੇ, ਜਿਹੜੇ ਕਣਕ ਜਿਹੜਾ ਕਿਸਾਨ ਆ ਪਹਿਲੀ ਕਰਜ਼ ਦੀ ਮਾਰ ਹੇਠ ਆ ਕੇ ਖੁਦਕੁਸ਼ੀਆਂ ਕਰ ਰਿਹਾ ਉਹ, ਅਤੇ ਹੁਣ ਤੁਹਾਡੇ ਸਾਹਮਣੇ ਆ ਸਾਰਾ ਕੁਛ, ਤੁਸੀਂ ਆਪ ਦੇਖ ਸਕਦੇ ਹੋ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ, ਕਿਸਾਨ ਰੋ ਰਹੇ ਨੇ ਵੀਰੇ, ਜਿਹੜੇ ਜਿਨ੍ਹਾਂ ਦੇ ਆਲੂ ਹਜੇ ਪੱਟੇ ਨਹੀਂ ਹੈਗੇ ਉਹਨਾਂ ਨੇ ਆਲੂ ਦੀ ਫਸਲ ਜਮੀ ਬੇਕਾਰ ਤਬਾਹ ਹੋਈ ਪਈ ਆ, ਐਤਕੀ ਰੇਟ ਹੋਇਆ ਸੀ, ਪਹਿਲਾਂ ਆਲੂ ਦੂਜੇ ਲੋਟ ਰੁਲਦਾ ਸੀ ਨਾਲਿਆਂ 'ਤੇ, ਹੁਣ ਐਤਕੀ ਰੇਟ ਹੋਇਆ ਸੀ, ਐਤਕੀ ਹੁਣ ਰੱਬ ਨੇ ਉਹ ਕਰਤੀ। ਜਿਵੇਂ ਫਸਲ ਦਾ ਹਫ਼ਤਾ ਹੋ ਗਿਆ ਜਿਹੜਾ ਮੀਂਹ ਪੈ ਰਿਹਾ ਲਗਾਤਾਰ, ਕੋਈ ਗੋਦਾਵਰੀ ਵਾਸਤੇ ਆਇਆ ਕੋਈ? ਨਹੀਂ ਜੀ, ਕੋਈ ਨਹੀਂ ਆਇਆ, ਇਹ ਆਉਣਾ ਚਾਹੀਦਾ, ਦੇਖਣਾ ਚਾਹੀਦਾ ਪ੍ਰਸ਼ਾਸਨ ਨੂੰ, ਸਰਕਾਰ ਨੂੰ ਦੇਖਣਾ ਚਾਹੀਦਾ, ਕੋਈ ਨਹੀਂ ਆਇਆ ਹਜੇ ਤੱਕ, ਕਿਸੇ ਨੇ ਸਰਕਾਰ ਨੇ ਤਾਂ ਹੁਕਮ ਕਰਤੇ ਫਿਰ ਵੀ ਨਹੀਂ ਆ ਰਿਹਾ, ਕੀ ਲੱਗਦਾ ਤੁਹਾਨੂੰ? ਦੇਖੋ ਜੀ ਬਾਂਹ ਫੜ ਰਹੇ ਹੈਗੇ ਬਾਈ, ਕਿਸਾਨ ਦੀ ਤਾਂ ਹੁਣ ਪਤਾ ਹੀ ਆ, ਹੁਣ ਸੈਂਟਰ ਵੱਲੋਂ ਵੀ ਕੀ ਕੁਛ ਹੋ ਰਿਹਾ ਆਪਣੇ ਨਾਲ, ਕੋਈ ਵੀ ਨਹੀਂ, ਸਿਰਫ ਇੱਕ ਨਾ ਆਪਣੇ ਨਿਊਜ਼ਾਂ 'ਤੇ ਦਿਖਾਈ ਜਾਂਦੇ ਨੇ ਵੀ ਹਾਂ ਵੀ ਕਦੇ ਮੋਦੀ ਸਾਹਿਬ ਬੋਲ ਪਏ, ਕਦੇ ਕੋਈ ਬੋਲ ਪਿਆ ਵੀ ਹਾਂ ਅਸੀਂ ਦੇ ਰਹੇ ਹਾਂ ਕਿਸਾਨਾਂ ਨੂੰ ਦੇ ਰਹੇ ਹਾਂ, ਪਰ ਸਾਡੇ ਕੋਲ ਤਾਂ ਹਜੇ ਤੱਕ ਕੁਛ ਪਹੁੰਚਿਆ ਨਹੀਂ ਹੈਗਾ, ਸਿਰਫ ਖਬਰਾਂ 'ਚ ਸੁਣ ਰਹੇ ਹਾਂ ਅਸੀਂ। ਜੇ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਕਿੰਨਾ ਕੁ ਨੁਕਸਾਨ ਹੋਣ ਦੇ ਸਾਰ ਨੇ ਫਿਰ? ਬਾਈ ਨੁਕਸਾਨ ਕੀ, ਜਿਹੜੀਆਂ ਖੁਦਕੁਸ਼ੀਆਂ ਹੋਰ ਵਧਣਗੀਆਂ ਜੀ, ਇਦੋਂ ਵੱਡਾ ਨੁਕਸਾਨ ਹੋ ਜਦੋਂ ਇੱਕ ਨਾ ਕਿਸੇ ਆਪਣੇ ਘਰ ਦਾ ਮੇਨ ਮੈਂਬਰ ਚਲਾ ਜਾਂਦਾ ਨਾ, ਉਹ ਘਰ ਦਾ ਹਾਲਾਤ ਪੁੱਛਣੇ ਚਾਹੀਦੇ ਨੇ ਬੰਦੇ ਨੂੰ ਵੀ ਉਦੋਂ ਉਹਦੇ ਦਿਲ 'ਤੇ ਕੀ ਬੀਤਦੀ ਆ, ਇੱਕ ਉੱਪਰ ਕਰਜ਼ਾ, ਉੱਪਰ ਜਿਹੜੇ ਉਹ ਹੋਣੇ ਬਾਣੀਏ ਨੇ, ਆੜ੍ਹਤੀਏ ਨੇ, ਉਹ ਉੱਪਰ ਦੀ ਆ ਕੇ ਫਿਰ ਉਹ ਮੰਗਾਂ ਕਰਦੇ ਸਾਡੇ ਕਰਜ਼ੇ ਮੁੜੋ, ਕਿੱਥੋਂ ਮੁੱਕੇ ਕਿੱਥੋਂ ਮੁੜਨ ਅਗਲਾ, ਸਿਰਫ ਫਸਲ ਹੁੰਦੀ ਨਹੀਂ ਹੈਗੀ, ਇੱਕੋ ਇੱਕੋ ਹੱਲ ਆ ਵੀ ਖੁਦਕੁਸ਼ੀ ਆ ਉਹਦੇ ਕਿਸਾਨ ਕੋਲ, ਇਸ ਤੋਂ ਵੱਧ ਕੁਛ ਨਹੀਂ ਕਰ ਸਕਦਾ। ਕਿੰਨੀ ਛੋਟੀ ਫਸਲ ਦਾ ਨੁਕਸਾਨ ਹੋਇਆ ਬਾਈ? ਸਾਰੀ ਹੋ ਗਈ ਜੀ, ਟੋਟਲੀ ਲੰਮੀ ਪਈ ਆ ਫਸਲ ਨਾਲ, ਹੁਣ ਅਜੇ ਉੱਪਰ ਇਹਦਾ ਹਜੇ ਕੁਛ ਨਹੀਂ ਪਤਾ ਪਰਮਾਤਮਾ ਦਾ ਕੀ ਕਰਨਾ ਕੀ ਨਹੀਂ ਕਰਨਾ ਜੀ।